ਇਹਦੇ ਤੇ ਬਹੁਤ ਚਰਚਾ ਹੋ ਗਈ। ਮੈਂ ਬਿਆਨ ਵੀ ਦਿੱਤਾ ਵਾਰੀ ਵਾਰੀ ਹੁਣ ਅਸੀਂ ਕੀ ਬਿਆਨ ਕੇਂਦਰ ਤੋਂ ਜਾਂਚ ਟੀਮ ਵੀ ਆ ਗਈ ਹੈਗੀ ਹੈ ਟੀਮ ਜਾਂਚ ਕਰ ਰਹੀ ਹੈਗੀ ਹੈ ਟੀਮ ਜਾਂਚ ਕਰ ਰਹੀ ਹੈਗੀ ਹੈ ਪਰ ਭਾਜਪਾਈ ਜਿਹੜੇ ਹੈਗੇ ਵਰਕਰ ਜਿਹੜੇ ਹੈਗੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹੈਗੇ। ਵੇਖੋ ਰਾਸ਼ਟਰਪਤੀ ਰਾਜ ਤਾਂ ਲਾਗੂ ਨਹੀਂ ਹੋਣਾ ਚਾਹੀਦਾ, ਡੈਮੋਕਰੇਸੀ ਹੈ। ਜਿਹੜੇ ਮਦਈ ਹੈ ਜਿਹੜੇ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਜੋ ਮਰਜ਼ੀ ਕਰਨ, ਹੋਮ ਮਿਨਿਸਟਰ ਹੈ ਚੀਫ ਮਿਨਿਸਟਰ ਹੈ ਜਿਨ੍ਹਾਂ ਨੇ ਡੀ ਜੀ ਪੀ ਹੈ, ਅਸਲ ਤਾਂ ਡੀ ਜੀ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਹੈ ਡੀ ਜੀ ਪੀ ਉਹਦੇ ਨਾਲ ਹੋਣਾ ਚਾਹੀਦਾ, ਇੱਕ ਮਿਨਿਸਟਰ ਨਾਲ ਹੋਣਾ ਚਾਹੀਦਾ। ਅਤੇ ਇਹ ਜਿਨ੍ਹਾਂ ਨੇ ਕੋਈ ਕਾਮੀ ਹੈ ਉਹ ਕਰਨ, ਇਹ ਤਾਂ ਫਿਰ ਸੂਬੇ ਨੂੰ ਸਜ਼ਾ ਦੇਣੀ ਹੈ ਜਿਹੜੀ। ਪਰ ਪੰਜਾਬ ਸਰਕਾਰ ਦਾ ਡੀ ਜੀ ਪੀ ਦਾ 3 ਮਹੀਨਿਆਂ ਦੇ ਵਿੱਚ ਤੀਜਾ ਡੀ ਜੀ ਪੀ ਬਦਲਣ ਦੇ, ਪਰ ਜਿਹੜਾ ਹੁਣ ਡਿਊਟੀ 'ਤੇ ਸਹੀ ਉਹੀ ਡੀ ਜੀ ਪੀ ਹੈ ਨਾ। ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਜਿੱਥੇ ਭਾਜਪਾ ਸਰਕਾਰਾਂ ਹੈਗੀਆਂ ਦੂਜੀਆਂ ਸਟੇਟਾਂ ਵਿੱਚ ਉਹਨਾਂ ਵੱਲੋਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਵੀ ਮੋਦੀ ਸਾਹਿਬ ਦੀ ਰਿਸਪੈਕਟ ਨਹੀਂ ਕੀਤੀ ਗਈ ਪੰਜਾਬ ਨੂੰ ਵੱਡੀ ਕਾਕਾ ਗੱਲ ਤਾਂ ਇਹ ਤਾਂ ਕਰਦੇ ਰਹਿੰਦੇ ਇੱਕ ਦੂਜੇ ਨੂੰ, ਪਰ ਅਸਲੀ ਹੈ ਜੋ ਮੁੱਦਾ ਹੋਵੇ ਉਹਦੇ 'ਤੇ ਜ਼ਰੂਰੀ ਜੋ ਹੈ। ਇੱਕ ਤਾਂ ਮੈਂ ਬਿਲਕੁਲ ਆਉਂਦਾ ਵੀ ਪ੍ਰਾਈਮ ਮਿਨਿਸਟਰ ਜਿਹੜਾ ਜਦੋਂ ਕਿਸੇ ਸਟੇਟ ਜਾਂਦਾ ਹੈ ਭਾਵੇਂ ਉਹਨਾਂ ਨਾਲ ਆਪਣੀ ਸਿਕਿਉਰਿਟੀ ਹੁੰਦੀ ਹੈ, ਪਰ ਅਸਲੀ ਵੀ ਉਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਹੋਰ ਵੀ ਕਾਰਨ ਹੋ, ਪਰ ਇਹ ਜ਼ਰੂਰੀ ਹੈ। ਅਤੇ ਇਹ ਇੰਤਜ਼ਾਮ 'ਚ ਕੋਈ ਕਮੀ ਰਹੇਗੀ ਔਰ ਉਹਦੇ ਉਹਦੀ ਜ਼ਿੰਮੇਵਾਰੀ ਹੁਣ ਡੀ ਜੀ ਪੀ ਵਗੈਰਾ ਹੋਮ ਮਿਨਿਸਟਰ ਚੀਫ ਮਿਨਿਸਟਰ ਦੀ ਹੈ। ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਵਾਅਦਾ ਜਿਹੜਾ ਹੈਗਾ ਕਿ ਚੋਣਾਂ ਅੱਗੇ ਪਾਉਣ ਦੇ ਆਸਾਰ ਤਾਂ ਨਹੀਂ, ਚੋਣਾਂ ਅੱਗੇ ਪਾਉਣ ਦੇ ਆਸਾਰ ਨਾਲ ਕੀਤਾ ਜਾ ਰਿਹਾ ਹੋਵੇ ਇਸ ਤਰ੍ਹਾਂ? ਹਾਂ ਇਲੈਕਸ਼ਨ ਨਹੀਂ ਹੈ, ਇਸ ਨਾਲ ਨਹੀਂ, ਇਸ ਦਾ ਇਲੈਕਸ਼ਨ ਨਾਲ ਕੀਤਾ। ਇਹ ਤਾਂ ਵੇਖੋ ਜੀ ਕੋਈ ਗੱਲ ਹੋ ਗਈ ਆ ਉਹਦੇ 'ਤੇ ਆਪੇ ਰਿਪੋਰਟਾਂ ਕਮੇਟੀਆਂ ਕਮੂਟੀਆਂ ਬਣੀਆਂ, ਕਚਹਿਰੀ 'ਚ ਵੀ ਮੇਰੇ ਖਿਆਲ ਅੱਜ ਹੀ ਤਰੀਕ ਹੈ ਸੁਪਰੀਮ ਕੋਰਟ। ਚੰਗਾ ਜੀ, ਇਹਦੇ 'ਤੇ ਬਹੁਤ ਚਰਚਾ ਹੋ ਗਈ, ਮੈਂ ਬਿਆਨ ਵੀ ਦਿੱਤਾ ਵਾਰੀ ਵਾਰੀ ਹੁਣ ਅਸੀਂ ਕੀ ਬਿਆਨ ਕੇਂਦਰ ਤੋਂ ਜਾਂਚ ਟੀਮ ਵੀ ਆ ਗਈ ਹੈਗੀ ਹੈ ਟੀਮ ਜਾਂਚ ਕਰ ਰਹੀ ਹੈ ਟੀਮ ਜਾਂਚ ਕਰ ਰਹੀ ਹੈਗੀ ਆ ਪਰ ਭਾਜਪਾਈ ਜਿਹੜੇ ਹੈਗੇ ਵਰਕਰ ਜਿਹੜੇ ਹੈਗੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹੈਗੇ। ਵੇਖੋ ਰਾਸ਼ਟਰਪਤੀ ਰਾਜ ਤਾਂ ਲਾਗੂ ਨਹੀਂ ਹੋਣਾ ਚਾਹੀਦਾ, ਡੈਮੋਕਰੇਸੀ ਹੈ। ਜਿਹੜੇ ਮਦਈ ਹੈ ਜਿਹੜੇ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਜੋ ਮਰਜ਼ੀ ਕਰਨ, ਹੋਮ ਮਿਨਿਸਟਰ ਹੈ ਚੀਫ ਮਿਨਿਸਟਰ ਹੈ ਜਿਨ੍ਹਾਂ ਨੇ ਡੀ ਜੀ ਪੀ ਹੈ, ਅਸਲ ਤਾਂ ਡੀ ਜੀ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਹੈ ਡੀ ਜੀ ਪੀ ਉਹਦੇ ਨਾਲ ਹੋਣਾ ਚਾਹੀਦਾ, ਇੱਕ ਮਿਨਿਸਟਰ ਨਾਲ ਹੋਣਾ ਚਾਹੀਦਾ। ਅਤੇ ਇਹ ਜਿਨ੍ਹਾਂ ਨੇ ਕੋਈ ਕਾਮੀ ਹੈ ਉਹ ਕਰਨ, ਇਹ ਤਾਂ ਫਿਰ ਸੂਬੇ ਨੂੰ ਸਜ਼ਾ ਦੇਣੀ ਹੈ ਜਿਹੜੀ। ਪਰ ਪੰਜਾਬ ਸਰਕਾਰ ਦਾ ਡੀ ਜੀ ਪੀ ਦਾ 3 ਮਹੀਨਿਆਂ ਦੇ ਵਿੱਚ ਤੀਜਾ ਡੀ ਜੀ ਪੀ ਬਦਲਣ ਦੇ, ਪਰ ਜਿਹੜਾ ਹੁਣ ਡਿਊਟੀ 'ਤੇ ਸਹੀ ਉਹੀ ਡੀ ਜੀ ਪੀ ਹੈ ਨਾ। ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਜਿੱਥੇ ਭਾਜਪਾ ਸਰਕਾਰਾਂ ਹੈਗੀਆਂ ਦੂਜੀਆਂ ਸਟੇਟਾਂ ਵਿੱਚ ਉਹਨਾਂ ਵੱਲੋਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਵੀ ਮੋਦੀ ਸਾਹਿਬ ਦੀ ਰਿਸਪੈਕਟ ਨਹੀਂ ਕੀਤੀ ਗਈ ਪੰਜਾਬ ਨੂੰ ਵੱਡੀ ਕਾਕਾ ਗੱਲ ਤਾਂ ਇਹ ਤਾਂ ਕਰਦੇ ਰਹਿੰਦੇ ਇੱਕ ਦੂਜੇ ਨੂੰ, ਪਰ ਅਸਲੀ ਹੈ ਜੋ ਮੁੱਦਾ ਹੋਵੇ ਉਹਦੇ 'ਤੇ ਜ਼ਰੂਰੀ ਜੋ ਹੈ। ਇੱਕ ਤਾਂ ਮੈਂ ਬਿਲਕੁਲ ਆਉਂਦਾ ਵੀ ਪ੍ਰਾਈਮ ਮਿਨਿਸਟਰ ਜਿਹੜਾ ਜਦੋਂ ਕਿਸੇ ਸਟੇਟ ਜਾਂਦਾ ਹੈ ਭਾਵੇਂ ਉਹਨਾਂ ਨਾਲ ਆਪਣੀ ਸਿਕਿਉਰਿਟੀ ਹੁੰਦੀ ਹੈ, ਪਰ ਅਸਲੀ ਵੀ ਉਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਹੋਰ ਵੀ ਕਾਰਨ ਹੋ, ਪਰ ਇਹ ਜ਼ਰੂਰੀ ਹੈ। ਅਤੇ ਇਹ ਇੰਤਜ਼ਾਮ 'ਚ ਕੋਈ ਕਮੀ ਰਹੇਗੀ ਔਰ ਉਹਦੇ ਉਹਦੀ ਜ਼ਿੰਮੇਵਾਰੀ ਹੁਣ ਡੀ ਜੀ ਪੀ ਵਗੈਰਾ ਹੋਮ ਮਿਨਿਸਟਰ ਚੀਫ ਮਿਨਿਸਟਰ ਦੀ ਹੈ। ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਵਾਅਦਾ ਜਿਹੜਾ ਹੈਗਾ ਕਿ ਚੋਣਾਂ ਅੱਗੇ ਪਾਉਣ ਦੇ ਆਸਾਰ ਤਾਂ ਨਹੀਂ, ਚੋਣਾਂ ਅੱਗੇ ਪਾਉਣ ਦੇ ਆਸਾਰ ਨਾਲ ਕੀਤਾ ਜਾ ਰਿਹਾ ਹੋਵੇ ਇਸ ਤਰ੍ਹਾਂ? ਹਾਂ ਇਲੈਕਸ਼ਨ ਨਹੀਂ ਹੈ, ਇਸ ਨਾਲ ਨਹੀਂ, ਇਸ ਦਾ ਇਲੈਕਸ਼ਨ ਨਾਲ ਕੀਤਾ। ਇਹ ਤਾਂ ਵੇਖੋ ਜੀ ਕੋਈ ਗੱਲ ਹੋ ਗਈ ਆ ਉਹਦੇ 'ਤੇ ਆਪੇ ਰਿਪੋਰਟਾਂ ਕਮੇਟੀਆਂ ਕਮੂਟੀਆਂ ਬਣੀਆਂ, ਕਚਹਿਰੀ 'ਚ ਵੀ ਮੇਰੇ ਖਿਆਲ ਅੱਜ ਹੀ ਤਰੀਕ ਹੈ ਸੁਪਰੀਮ ਕੋਰਟ। ਚੰਗਾ ਜੀ।